ਜਲੰਧਰ ਦੀ BSF ਕਲੋਨੀ ਦੇ ਵਿੱਚ ਇਸ ਆਲੀਸ਼ਾਨ ਕੋਠੀ 'ਚ ਇੱਕ ਬਜ਼ੁਰਗ ਮਾਤਾ ਅਤੇ ਉਸਦਾ ਪੁੱਤਰ ਰਹਿੰਦੇ ਹਨ। ਪੁੱਤਰ ਕੰਮ 'ਤੇ ਗਿਆ ਹੋਇਆ ਸੀ ਅਤੇ ਪਿੱਛੋਂ ਉਸਦੀ ਮਾਤਾ ਘਰ ਵਿੱਚ ਇਕੱਲੀ ਸੀ ਅਤੇ ਇਸੇ ਦੌਰਾਨ ਹੀ ਬਾਹਰੋਂ ਆਈ ਇੱਕ ਅਣਜਾਣ ਕੁੜੀ ਇਸ ਘਰ ਦੇ ਵਿੱਚ ਦਾਖਲ ਹੋ ਜਾਂਦੀ ਹੈ, ਜੋ ਕਿ ਇਹਨਾਂ CCTV ਕੈਮਰੇ ਦੀਆਂ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ, ਕਿਉਂਕਿ ਘਰ ਦਾ ਬੂਹਾ ਖੁੱਲ੍ਹਾ ਸੀ ਅਤੇ ਇਹ ਕੁੜੀ ਇੱਕਦਮ ਘਰ ਦੇ ਅੰਦਰ ਜਾ ਵੜੀ। ਜਿਵੇਂ ਹੀ ਕੁੜੀ ਘਰ ਦੇ ਅੰਦਰ ਦਾਖਲ ਹੋਈ ਤਾਂ ਉਸਨੇ ਜਾਣ ਸਾਰ ਹੀ ਮੁੰਡੇ ਦੀ ਮਾਤਾ ਨੂੰ ਘੁੱਟ ਕੇ ਜੱਫਾ ਪਾਇਆ, ਜਿਸ ਦੇ ਕਾਰਨ ਮਾਤਾ ਘਬਰਾ ਗਈ ਅਤੇ ਫਿਰ ਮਾਤਾ ਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਮਾਤਾ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਆਵਾਜ਼ ਸੁਣ ਕੇ ਕਲੋਨੀ ਵਾਸੀ ਇੱਕਦਮ ਭੱਜੇ ਆਏ ਅਤੇ ਫਿਰ ਘਰ ਵਿੱਚ ਪਹੁੰਚ ਗਏ। ਜਦੋਂ ਫਿਰ ਉਹਨਾਂ ਨੇ ਕੁੜੀ ਨੂੰ ਫੜ ਕੇ ਪੁੱਛਿਆ ਕਿ ਭਾਈ ਤੂੰ ਇੱਥੇ ਕੀ ਕਰਨ ਆਈ ਹੈ, ਤਾਂ ਕੁੜੀ ਨੇ ਅੱਗੇ ਜੋ ਜਵਾਬ ਦਿੱਤਾ ਉਹ ਸੁਣ ਕੇ ਸਾਰੇ ਮੁਹੱਲਾ ਵਾਸੀ ਚੱਕਰਾਂ ਵਿੱਚ ਪੈ ਗਏ। ਫਿਰ ਮੌਕੇ 'ਤੇ ਹੀ ਮੁਹੱਲਾ ਵਾਸੀਆਂ ਨੂੰ ਪੁਲਿਸ ਬੁਲਾਉਣੀ ਪਈ। ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਮਾਤਾ ਅਤੇ ਉਸਦੇ ਪੁੱਤਰ ਨੇ ਜੋ ਅੱਗੇ ਦੱਸਿਆ ਉਹ ਸੁਣ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਹੋ ਜਾਓਗੇ। ਤੁਸੀਂ ਘਰ 'ਚ ਇਕੱਲੇ ਸੀ? ਹਾਂਜੀ, ਮੈਂ ਇਕੱਲੀ ਸੀ, ਮੇਰਾ ਬੇਟਾ ਡੁੱਬ ਗਿਆ ਸੀ। ਮਤਲਬ ਇਹਨਾਂ ਨੂੰ ਪਤਾ ਸੀ ਕਿ ਇਸ ਟਾਈਮ ਕੋਈ ਵੀ ਨਹੀਂ ਹੁੰਦਾ? ਹਾਂਜੀ, ਬੇਟੇ ਨੂੰ ਮੈਂ ਫੋਨ ਕੀਤਾ, ਬੇਟੇ ਨੇ ਰੋਣ ਦੀ ਆਵਾਜ਼ ਸੁਣੀ, ਉਹ ਫੁੱਟਾਂ ਟੁੱਪ ਤੋਂ ਦੌੜਿਆ ਤੇ ਨਾਲ ਆਪਣੇ ਪੜੋਸੀਆਂ ਨੂੰ ਫੋਨ ਕੀਤਾ ਕਿ ਅੰਦਰ ਦੇਖੋ ਮੇਰੇ ਘਰ ਕੀ ਹੋ ਗਿਆ। ਮੈਨੂੰ ਨਹੀਂ ਪਤਾ ਸੀ ਕਿ ਇਹ ਕਦੀ ਅੰਦਰ ਨਹੀਂ ਆਉਂਦੀ ਸੀ, ਇਹਨਾਂ ਲੜਕੀ ਕਦੀ ਆਪਣੀ ਮਦਰ ਨੂੰ ਲੈਣ ਆਵੇ ਤੇ ਮੋੜ ਤੇ ਮਨੀ ਦੇ ਘਰ ਤੋਂ ਖੜੀ ਹੁੰਦੀ ਸੀ, ਲੈ ਕੇ ਚਲੀ ਜਾਂਦੀ ਸੀ। ਅੱਜ ਮੈਨੂੰ ਕਿ ਆਪਣੀ ਮਦਰ ਨੂੰ ਬੁਲਾ ਲਿਆ, ਕਹਿੰਦੀ ਨਹੀਂ ਉਹ ਨਹੀਂ ਆਏਗੀ। ਮੈਂ ਕਿਹਾ ਚੱਲ ਠੀਕ ਹੈ। ਮੈਨੂੰ ਭੇਜ ਕੇ ਮੈਂ ਗੇਟ ਲਗਾਇਆ ਜਿੱਦਾਂ ਡਰਾਇੰਗ ਰੂਮ 'ਚ ਆਈ ਉਹਨੇ ਮੈਨੂੰ ਪੁਲਿਸ ਨੂੰ ਦੇਤਾ ਲੜਕੀ ਨੂੰ ਲੈ ਕੇ? SHO ਸਾਹਿਬ ਨਾਲ ਗੱਲ ਹੋਈ ਹੈ, ਉਹ ਕਹਿੰਦੇ ਵੀ ਇਹਦੀ ਮਦਰ ਨੂੰ ਵੀ ਭੇਜੋ। ਕੀ ਹੋਇਆ ਕੀ ਅੱਜ ਜਿਹੜਾ ਇੱਕ ਲੜਕੀ ਜਿਹੜੀ ਆ ਰੌਣਕ ਕੀਤੀ ਆ 2 ਨੰਬਰ ਥਾਣੇ, ਕੀ ਹੋਇਆ ਕੀ ਆ? ਮਦਰ ਆਈ, ਮੈਂ ਉਹਨੂੰ ਬਾਹਰ ਛੋੜ ਕੇ ਪਹਿਲੇ ਬੈਂਕ ਥੋੜੀ ਦੇਰ। ਅੱਛਾ, ਉਸ ਤੋਂ ਬਾਅਦ ਇਹਦੀ ਸਾਡਾ ਕਹਿੰਦੀ ਮੈਂ ਬਾਹਰ ਕਰ ਕੇ ਤੋੜ ਲਿਆਵਾਂ। ਮੈਂ ਕਿਹਾ ਤੋੜ ਲਿਆਓ। ਫਿਰ ਉਸ ਤੋਂ ਬਾਅਦ ਮੈਂ ਬੇਟੇ ਨੂੰ ਪੇਪਰ ਦੇ ਲਈ ਸੀ ਫੋਟੋ ਕਾਪੀ ਕੀਤੀ, ਪੇਪਰ ਦਿੱਤੇ। ਉਸ ਤੋਂ ਬਾਅਦ ਇਹਦੀ ਮਦਰ ਕਹਿੰਦੀ, ਮੈਂ ਕਿਹਾ ਬੈਠ ਜਾ, ਕਹਿੰਦੀ ਨਹੀਂ। ਮੈਂ ਕਿਹਾ ਚਲੋ ਗਰਦਨ ਤੋਂ ਫੜ ਲਿਆ। ਮੈਂ ਵੀ ਇਹਨੂੰ ਮੂੰਹ ਤੇ ਗਰਦਨ ਤੋਂ ਏਦਾਂ ਹੀ ਫੜ ਕੇ ਕੱਚ ਨੂੰ ਮਾਰਿਆ ਸੀ ਤੇ ਬਾਹਰ ਨੂੰ ਲੈ ਗਈ। ਫਿਰ ਇਹਨੇ ਮੈਨੂੰ ਨੰਮੇ ਪਾ ਕੇ ਪੂਰੀ ਕੋਸ਼ਿਸ਼ ਕੀਤੀ ਮਾਰਨ ਦੀ, ਮਤਲਬ ਮਾਰਨ ਦੀ ਕੋਸ਼ਿਸ਼। ਆ ਬੁੱਲ ਤੇ ਜਿਹੜੇ ਨਿਸ਼ਾਨ ਹੈਗੇ ਅੰਦਰ, ਦੇਖੋ ਸੁੱਜਿਆ ਹੋਇਆ ਸਾਰਾ, ਇਹ ਅੰਦਰ ਜ਼ਖਮ ਹੋਏ ਹੋਏ। ਕੀ ਤੁਹਾਨੂੰ ਕੀ ਲੱਗਦਾ, ਕੋਈ ਲੁੱਟਣ ਦੇ ਮਨਸ਼ਾ ਚ ਆਏ ਸੀ? ਹੋ ਸਕਦਾ ਹੈ ਲੁੱਟਣ ਦੀ ਮਨਸ਼ਾ ਚ ਆਏ ਹੋ। ਅੰਦੀ ਤੁਸੀਂ ਕਿੰਨੇ ਦਿਨਾਂ ਤੋਂ ਇਹਨਾਂ ਨੂੰ ਜਾਣਦੇ ਹੋ? ਦੱਸਿਆ ਜਾ ਰਿਹਾ ਅਸੀਂ ਇਕੱਠੇ ਜੋਬ ਕਰਦੇ ਸੀ, ਮੈਂ ਵੀ ਜਗੋਰ ਹਸਪੀਟਲ 'ਚ। ਇਹਨਾਂ ਦੀ ਮਦਦ? ਹਾਂ, ਜਿੱਦਾਂ ਆਪਾਂ ਆਪਸ 'ਚ ਸਟਾਫ ਮੈਂਬਰ ਕੀ ਵਾਰਦਾਤ ਕੀ ਹੋਈ ਆ ਤੁਹਾਡੇ?
ਮੈਨੂੰ ਹੁਣੇ ਸਾਡੇ ਪੜੋਸੀ ਹੈਗੇ ਉਹਨਾਂ ਦਾ ਫੋਨ ਆਇਆ ਸੀਗਾ ਕਿ ਜਿੱਦਾਂ ਸਾਡੇ ਨੀਅਰ ਬਾਏ ਇੱਕ ਲੜਕੀ ਹੈ ਜਿਹੜੀ ਕਿਸੇ ਘਰ ਦੇ ਵਿੱਚ ਪੜ੍ਹ ਗਈ ਹੈ, ਤੁਸੀਂ ਕਲੋਨੀ ਵਾਲੇ ਨੂੰ ਸਾਰਿਆਂ ਨੂੰ ਮੈਸੇਜ ਪਾਸ ਕਰੋ। ਅਸੀਂ ਨਾਲ ਦੇ ਨਾਲ ਕਲੋਨੀ 'ਚ ਮੈਸੇਜ ਪਾਸ ਕੀਤਾ ਐਂਡ ਫਟਾਫਟ ਇੱਥੇ ਆਏ ਅਤੇ ਦੇਖਿਆ ਕਿ ਇੱਕ ਲੜਕੀ ਫੜੀ ਹੋਈ ਸੀਗੀ ਔਰ ਬੜੀ ਗੰਦੀ ਲੈਂਗੁਏਜ ਅਬਿਊਜ਼ ਕਰ ਰਹੀ ਸੀਗੀ। ਮੈਂ ਉਹਨੂੰ ਪੁੱਛਿਆ ਵੀ ਲੜਕੀ ਨੂੰ ਵੀ ਤੁਸੀਂ ਵੀ ਕੀ ਕਰਨਾ ਹੈ ਉੱਥੇ ਕਿ ਮੈਂ ਪੈਸੇ ਲੈਣ ਆਈ ਤੁਸੀਂ ਮਾਈਟ ਬੀ ਰਿਕਾਰਡਿੰਗ ਕਿਸ ਚੀਜ਼ ਦੇ ਪੈਸੇ ਉਹ ਇਹ ਸੀ ਇਸ ਚੀਜ਼ ਨੂੰ ਐਕਸਪਲੇਨ ਕਰਨ ਦੇ ਵਿੱਚ ਆਏ ਕਿੱਦਾਂ ਸੀ ਉਹ ਆਈ ਹੈ ਔਰ ਤੁਸੀਂ ਦੇਖੋ ਕਿ ਉੱਪਰ ਜਾ ਕੇ ਆਂਟੀ ਅੰਦਰ ਸੀਗੇ ਉੱਪਰ ਜਾ ਕੇ ਆਪਣੇ ਸ਼ੂਜ਼ ਉਤਾਰੇ ਉਹਨੇ ਸ਼ੂਜ਼ ਉਤਾਰ ਕੇ ਨੰਗੇ ਪੈਰੀ ਥੱਲੇ ਆ ਕੇ ਉਹ ਪਰਦੇ ਦੇ ਵਿੱਚ ਲੱਗੇ ਇੱਥੋਂ ਜ਼ਾਹਿਰ ਹੁੰਦਾ ਵੀ ਉਹ ਜਿਹੜੀ ਮੁੱਛਾ ਸੀਗੀ ਇਹਨਾਂ ਨੂੰ ਲੁੱਟਣ ਦੀ ਸੀਗੀ ਇਹਨਾਂ ਨੂੰ ਮਾਰਨ ਦੀ ਸੀਗੀ ਇਹਨਾਂ ਨੂੰ ਪਤਾ ਸੀ ਵੀ ਇਹਨਾਂ ਦੇ ਘਰ ਹੋਰ ਕੋਈ ਹੁੰਦਾ ਨਹੀਂ ਅਤੇ ਬੇਟਾ ਜਿਹੜਾ ਕੰਮ 'ਤੇ ਚੱਲ ਜਾਂਦਾ ਹਸਬੈਂਡ ਇਹਨਾਂ ਦੇ ਹੈਗੇ ਨਹੀਂ ਅਤੇ ਉਹ ਵੀ ਖਾਲੀ ਟਾਈਮ ਦੇਖ ਕੇ ਲੁੱਟਣ ਦੇ ਹਿਸਾਬ ਨਾਲ ਹੀ ਲੁੱਟਣ ਜੀ ਕਿਹੜਾ ਏਰੀਆ ਪੈਂਦਾ ਲੜਕੀ ਕਿੱਥੇ ਨੰਬਰ ਪਲੇਟ ਸੀ ਉਹਦੇ ਉੱਤੇ ਲਿਫਾਫਾ ਬੰਨਿਆ ਹੋਇਆ ਸੀ ਉਹਨੇ ਮਿੱਟੀ ਦੀ ਲੇਪ ਲਾਇਆ ਮਨਸ਼ਾ ਉਹਨਾਂ ਦੀ ਗਲਤ ਸੀ ਇਸ ਮੌਕੇ ਦੋਵਾਂ ਮਾਂ ਪੁੱਤਾਂ ਨੇ ਦੱਸਿਆ ਕਿ ਉਹ ਕੁੜੀ ਘਰ ਵਿੱਚ ਲੁੱਟ ਖੋਹ ਕਰਨ ਦੀ ਮਨਸ਼ਾ ਦੇ ਨਾਲ ਆਈ ਸੀ ਅਤੇ ਜਿਸ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਉਸ ਨੂੰ ਲੈ ਕੇ ਥਾਣੇ ਚਲੀ ਗਈ ਹੈ। ਬਾਕੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੋ ਦੋਸਤੋ, ਤੁਸੀਂ ਵੀ ਦੁਪਹਿਰ ਜਾਂ ਰਾਤ ਵੇਲੇ ਆਪਣੇ ਘਰਾਂ ਦੇ ਬੂਹੇ ਬੰਦ ਕਰਕੇ ਰੱਖਿਆ ਕਰੋ, ਕਿਉਂਕਿ ਹੁਣ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ। ਦਿਨ ਦਿਹਾੜੇ ਹੀ ਵਾਰਦਾਤਾਂ ਹੋ ਰਹੀਆਂ ਨੇ ਅਤੇ ਵਾਰਦਾਤਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਨੇ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।